ਹੈਲੋ ਦੋਸਤੋ ਮੈਂ ਸੰਦੀਪ ਨੈਨ ਸਵਾਗਤ ਕਰਦਾ ਤੁਹਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ ਪੰਜਾਬ ਕਬੱਡੀ ਤੇ ਦੋਸਤੋ ਅੱਜ ਮੈਂ ਬਲਬੇੜੇ ਕਬੱਡੀ ਕੱਪ ਤੇ ਕਿਹੜੀਆਂ ਟੀਮਾਂ ਪੁੱਜਣਗੀਆਂ ਤੇ ਕਿਹੜੇ ਪਲੇਅਰ ਖੇਡਣਗੇ ਉਹਨਾਂ ਬਾਰੇ ਦੱਸਾਂਗਾ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਦੋਸਤੋ ਬਲਬੇੜੇ ਵਿੱਚ ਕਬੱਡੀ ਕੱਪ ਹੋਵੇਗਾ ਫਰਸਟ ਇਨਾਮ ਹੋਊਗਾ 61000 ਸੈਕੰਡ ਹੋਊਗਾ 41000 ਰੁਪਏ ਥਰਡ ਅਤੇ ਫੋਰਥ ਪ੍ਰਾਈਜ਼ ਹੋਵੇਗੀ 2000 ਰੁਪਏ ਬੈਸਟ ਰੇਡਰ ਅਤੇ ਜਾਪੀ ਨੂੰ 22000 ਰੁਪਏ ਦਿੱਤੇ ਜਾਣਗੇ 3 플레이ਰ ਬਾਰੋਂ ਖੇਡ ਸਕਦੇ ਨੇ ਅਤੇ ਬਹੁਤ ਵਧੀਆ ਟੀਮਾਂ ਹਰਿਆਣਾ ਅਤੇ ਪੰਜਾਬ ਦੀਆਂ ਅੱਜ ਇੱਥੇ ਪੁੱਜ ਰਹੀਆਂ ਹੈ ਦੋਸਤੋ ਬਹੁਤ ਵਧੀਆ 플레이ਰ ਅੱਜ ਇੱਥੇ ਖੇਡਣਗੇ ਜੇ ਆਪਾਂ ਟੀਮਾਂ ਦੀ ਗੱਲ ਕਰੀਏ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਮਤਾਨ ਸਾਹਿਬ ਦੀ ਟੀਮ ਤੁਮਤਾਨ ਸਾਹਿਬ ਦੇ ਵਿੱਚ ਅਤੇ ਦੋਸਤੋ ਰਜੀਪ ਪੁੱਲਣ ਫੁੱਲਾ ਸੂਸ਼ਕ ਅਤੇ ਸਾਜੀ ਸ਼ੱਕਰਪੁਰ ਇਹ 플레이ਰ ਖੇਡਣਗੇ ਦੋਸਤੋ ਅੱਜ ਤਮਟਾਣ ਸਾਹਿਬ ਦੀ ਟੀਮ ਵੱਲੋਂ ਬਲਬੇੜੇ ਕਬੱਡੀ ਕੱਪ ਤੇ ਇਸ ਤੋਂ ਬਾਅਦ ਦੋਸਤੋ ਜੇ ਆਪਾਂ ਅਗਲੀ ਟੀਮ ਦੀ ਗੱਲ ਕਰੀਏ ਤਾਂ ਉਹ ਹੈ ਦੋਸਤੋ ਜਿਹੜੀ ਸੁਰਖਪੁਰ ਦੀ ਸੁਰਖਪੁਰ ਦੇ ਵਿੱਚ ਜੋਤਮ ਮਹਿਮਦਵਾਲ ਅਮਨ ਦਿਉਰਾ ਅਤੇ ਦੀਪਕ ਕਾਸੀਪੁਰੀਆ ਇਹ ਤਿੰਨੋਂ ਪਲੇਅਰ ਖੇਡਣਗੇ ਦੋਸਤੋ ਅੱਜ ਸੁਰਖਪੁਰ ਦੀ ਟੀਮ ਵੱਲੋਂ ਬਲਬੇੜੇ ਕਬੱਡੀ ਕੱਪ ਤੇ ਇਸ ਤੋਂ ਬਾਅਦ ਦੋਸਤੋ ਪੇਡਲ ਦੀ ਹੈ ਪੇਡਲ ਦੇ ਵਿੱਚ ਦੀਪੀ ਦਲਵੀਰ ਅਤੇ ਚਮਕੌਰ ਪੇਡਲ ਇਹਨਾਂ ਤੋਂ ਬਿਨਾ ਪ੍ਰਵੀਨ ਬੋਪਰ ਹੁਸ਼ਿਆਰਾ ਬੋਪਰ ਅਤੇ ਲੱड्डੂ ਦੁਗੜ ਇਹ ਪਲੇਅਰ ਖੇਡਣਗੇ ਦੋਸਤੋ ਅੱਜ ਬਲਬੇੜੇ ਕਬੱਡੀ ਕੱਪ ਤੇ ਇਹਨਾਂ ਤੋਂ ਬਿਨਾਂ ਦੋਸਤੋ ਜਿਹੜੀ ਅਗਲੀ ਟੀਮ ਹੈ ਉਹ ਹੈ ਜਿਹੜੀ ਦਿਨੋਰੀ ਪੰਜਾਬ ਦੇ ਵਿੱਚ ਆ ਦੋਸਤੋ ਸੁਲਤਾਨ ਸਮਸਪੁਰ ਖੇਡੂਗਾ ਤੇ ਡੇੜਪਾ ਮੰਡੀ ਦੇ ਵਿੱਚ ਦਲਵੀਰ ਮਨਾਣਾ ਇਹਨਾਂ ਤੋਂ ਬਿਨਾਂ ਦੋਸਤੋ ਪਲੇਅਰ ਖੇਡਣਗੇ ਉਹਨਾਂ ਦੀ ਅਜੇ ਤੱਕ ਕੋਈ ਅਪਡੇਟ ਆਈ ਨਹੀਂ ਹੈ ਅਤੇ ਇਹਨਾਂ ਤੋਂ ਬਿਨਾਂ ਦੋਸਤੋ ਜਿਹੜੀ ਅਗਲੀ ਟੀਮ ਹੈ ਉਹ ਹੈ ਬਲਬਿੜ ਦੀ ਬਲਬਿੜੇ ਦੇ ਵਿੱਚ ਦੋਸਤੋ ਅੱਜ ਜੱਗਾ ਚਿੱਟੀ ਰਵੀ ਦਿਉਰਾ ਤੇ ਰਿੰਕੂ ਖਰੈਂਟੀ ਖੇਡੂਗਾ ਤਾਂ ਹੁਣ ਤੱਕ ਦੋਸਤੋ ਇਹੀ ਅਪਡੇਟ ਸਾਡੇ ਕੋਲ ਆਈ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ